दबा पाया जा रहा है। नहीं, इंडिपेंडेंट हैगी है, सीएम साहब ने कह भी दिता इंडिपेंडेंट सिट हैगी है, इन्हों यही आदत है क्योंकि ये नहीं इंडिपेंडेंट करते तो सोचते कि असं भी उही गल कर रहे हैं। कोई कोई ये राजनीति नहीं है, जो मर्जी कहन ये लोगों की मंग सी, ये अन्याय होया, ये उत्ते सिट जरूरी सी, वो अलग आ गई, वो जिस तरह भी हुण कानून करूगा, कानून के मुताबिक सारा कुछ होगा। की निकले विचों नतीजा? उन्हें विचों असीं मैडम नूं समझाया कि इदां अपने दो अरब का फायदा भी जे ट्रक यूनियन बहाल किए जाए, उन्होंने सानूं विश्वास दवाया भी यूनियन बाकी असीं बहाल करांगे। महाराणी ने अज्ज गल हुण समस्यावां की ने मेन थोड़ा लगदा? समस्यावां तां इही ने कि कई साडियां लाला भी उरे नौ यूनियन ने साडियां पटियाले जिले दे, नौ यूनियन दे विच टुट पट 30,000 वोट आ ਜਿਹੜੀ ਕਿ ਆਪਣੇ ਕਾਂਗਰਸ ਦੀ ਹੈ। ਜੇ ਉਹ ਯੂਨੀਅਨਾਂ ਬਹਾਲ ਹੁੰਦੀਆਂ ਨੇ ਤਾਂ ਉਹ ਮਹਾਰਾਣੀ ਨੂੰ 30-40,000 ਵੋਟ ਤੋਂ ਜ਼ਿਆਦਾ ਹੀ ਪਹੁੰਚ ਗਈ। ਇਹ ਸਾਡੀਆਂ ਸਮੱਸਿਆ ਨੇ। ਦੂਜੀ ਅੱਜ ਮਹਾਰਾਣੀ ਸਾਹਿਬ ਨੂੰ ਮਿਲਿਆ ਕਿ ਪਹਿਲਾਂ ਵੀ ਕਿਤੇ ਮਿਲੇ ਸੀ ਉਹਨਾਂ ਨੂੰ? ਪਹਿਲਾਂ ਵੀ ਸੀ, ਮੁੱਖ ਮੰਤਰੀ ਨੂੰ ਮਿਲਿਆ ਜੀ। ਮੁੱਖ ਮੰਤਰੀ ਨੇ ਵੀ ਉੱਧਰ ਸਾਨੂੰ 10 ਮਿੰਟ ਵਿਸ਼ਵਾਸ ਦਵਾਇਆ, ਅੱਜ ਵੀ ਮਹਾਰਾਣੀ ਨੇ ਵਿਸ਼ਵਾਸ ਦਵਾਇਆ। ਮਹਾਰਾਣੀ ਸਮਝਾਇਆ ਇਹ ਗੱਲ, ਤੁਸੀਂ ਲਿਖਤੀ ਵੀ ਕੁਝ ਦਿੱਤਾ? ਹਾਂਜੀ, ਲਿਖਤੀ ਵੀ ਕੁਝ ਦਿੱਤਾ ਕਿ ਸਿਰਫ ਵਾਲੇ ਨਹੀਂ ਹਾਲ ਤਾਂ ਅਜੇ ਦਾ ਟਾਈਮ ਲੈ ਰਹੇ ਹਾਂ, ਟਾਈਮ ਲੈ ਰਹੇ ਹਾਂ ਉਹਨਾਂ ਨੂੰ ਅੱਜ ਇਤਨੀ। ਉਹਨਾਂ ਨੇ ਵਿਸ਼ਵਾਸ ਦਵਾਇਆ ਮਹਾਰਾਣੀ ਜੀ ਵੀ ਮਿਲਾਂਗੇ ਜੀ, ਵੀ ਅਸੀਂ ਨਹੀਂ। ਹੁਣ ਤੁਹਾਡੀ ਜਿਹੜੀ ਯੂਨੀਅਨ ਹੈਗੀਆਂ ਨੌ, ਉਹ ਕੀ ਕਹਿੰਦੀ ਆ ਵੀ ਅਸੀਂ ਕਿਸ ਪੱਖ ਭੁਗਤਣਾ ਹੈਗਾ? ਮਹਾਰਾਣੀ ਦੀ ਪੱਖ ਦੇ ਵਿੱਚ ਭੁਗਤਾਂਗੇ ਖੁਦ ਵੀ। ਨਹੀਂ, ਜੇ ਫਾਇਦਾ ਉਹਨਾਂ ਨੇ ਫਾਇਦਾ ਦਵਾਇਆ ਤਾਂ ਭੁਗਤੋਗੇ ਕਿ ਉੱਦਾਂ ਵੀ ਭੁਗਤੋਗੇ? ਨਹੀਂ, ਉਹ ਤਾਂ ਹੁਣ ਮਤਲਬ ਇਹ ਹੈ ਵੀ ਜੇ ਫਾਇਦਾ ਕਰਨ ਤਾਂ ਬਾਹਲੀ ਵਧੀਆ ਗੱਲ, ਜੇ ਨਹੀਂ ਕਰਨਗੇ ਫਿਰ ਭੁਗਤੋਗੇ? ਫਿਰ ਵੀ ਭੁਗਤੋਗੇ ਜੀ। ਸਾਰੀਆਂ ਭੰਗ ਹੋ ਗਿਆ, ਸਾਰਾ ਪੰਜਾਬ ਇਹਨਾਂ ਦੇ ਨਾਲ ਖੜਿਆ। ਇਹ ਬਿਲਕੁਲ ਯੂਨੀਅਨਾਂ ਦਾ ਸਾਥ ਦੇਣ ਨਾਲ ਤੇ ਬਹੁਤ ਵਧੀਆ ਹੋ ਜਾਊਗਾ। ਕੈਪਟਨ ਸਾਹਿਬ ਇੰਨੇ ਉਹ ਨਹੀਂ ਹੈਗੇ, ਉਹਨਾਂ ਨੂੰ ਗੁੰਮਰਾਹ ਕਰਿਆ ਗਿਆ, ਗੁੰਮਰਾਹ ਕਰਕੇ ਇਹੀ ਕੰਮ ਹੋ ਰਿਹਾ। ਯੂਨੀਅਨ ਦਾ ਕਸੂਰ ਹੋਊਗਾ ਸਾਰੀਆਂ ਦਾ? ਇਹ 5-7 ਯੂਨੀਅਨਾਂ ਖਰਾਬ ਕਰ ਸਕਦੀਆਂ, ਜੇ ਇੱਕ ਫਲ ਖਰਾਬ ਹੋਵੇ ਤਾਂ ਆਪਾਂ ਸਾਰਾ ਬੁੱਟਾ ਨਹੀਂ ਵੱਢਿਆ ਜਾਂਦਾ। ਤਾਂ ਇਸ ਕਰਕੇ ਵੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀ ਹੈ ਤੁਹਾਡੀ? ਜਿਹੜੀ ਗੱਲ ਤੁਹਾਡੀ ਮੀਟਿੰਗ 'ਚ ਕਹਿਣੀ ਆ ਉਹ ਕਹਿ ਸਕਦੇ ਹੋ ਇੱਥੇ? ਹਾਂਜੀ ਹਾਂ, ਅਸੀਂ ਇਹੀ ਕਹਿੰਦੇ ਹਾਂ ਵੀ ਸਾਡੀਆਂ ਯੂਨੀਅਨ ਨੇ ਜਿਹੜੀਆਂ ਬਹਾਲ, ਸਾਡੀਆਂ ਯੂਨੀਅਨਾਂ ਬਹਾਲ ਕਰੀਆਂ ਜਾਣ ਜੀ, ਅਤੇ ਲੋਕਾਂ ਨੂੰ ਰੁਜ਼ਗਾਰ ਦਿਆ ਹੋਇਆ। ਬਹੁਤ ਗੱਡੀਆਂ ਵਿਕ ਚੁੱਕੀਆਂ ਸਾਡੀਆਂ, ਬੁਰਾ ਹਾਲ ਆ ਸਾਡਾ। ਜੇ ਇਸ 'ਤੇ ਕੋਈ ਨਾ ਕੋਈ ਐਕਸ਼ਨ ਲਿਆ ਗਿਆ ਤਾਂ ਆਉਣ ਵਾਲਾ ਟਾਈਮ ਬਹੁਤ ਬੁਰਾ ਹਾਲ ਹੋ ਜੂਗਾ ਜੀ। ਬੇਰੁਜ਼ਗਾਰ ਹੋ ਗਏ, 200-300 ਟਰੱਕ ਹਰੇਕ ਯੂਨੀਅਨ 'ਚੋਂ ਵਿਕ ਗਏ ਜੀ ਗੱਡੀਆਂ। ਅਤੇ ਹੁਣ ਜਿਹੜੀ ਆਫੜਾ ਦਫੜੀ ਮੱਚੀ ਪਈ ਆ ਯੂਨੀਅਨ 'ਚ, ਲੋਕ ਬੇਹਾਲ ਆ, ਉਹ ਦੇਖ ਰਹੇ ਆ ਵੀ ਸਾਡੀ ਕੋਈ ਬਾਂਹ ਫੜਨ ਵਾਲਾ ਹੋਵੇ। ਅਸੀਂ ਤਾਂ ਕਹਿੰਦੇ ਹਾਂ ਵੀ ਕੈਪਟਨ ਸਾਹਿਬ ਪੜ੍ਹਨ ਅਤੇ ਅਸੀਂ ਉਹਨਾਂ ਦਾ ਪੂਰਾ ਸਾਥ ਦਈਏ ਅਤੇ ਪੂਰਾ ਤਨ ਮਨ ਨਾਲ ਅਸੀਂ ਉਹਨਾਂ ਦਾ ਸਹਿਯੋਗ ਕਰੀ। ਚਾਲੀ। ਹਾਂਜੀ ਸਰਪੰਚ ਸਾਹਿਬ, ਬਸ ਕੋਈ ਨਹੀਂ ਸਰਪੰਚ ਸਾਹਿਬ, ਕੀ ਕਹਿਣਾ ਚਾਹੋਗੇ ਜੀ? ਕਿੰਨੇ ਚੈੱਕ ਮਿਲਿਆ ਤੁਹਾਨੂੰ? ਸਾਨੂੰ ਸਾਡਾ ਪਿੰਡ ਕਿਹੜਾ ਹੈਗਾ ਸਿਲੇਕਟ ਬ੍ਰਾਹਮਣ ਹੈ, ਸਾਨੂੰ ਇਹਦਾ 2 ਲੱਖ ਦਾ ਚੈੱਕ ਮਿਲਿਆ। ਕਿੰਨੀ ਕੁ ਚਾਹੀਦੀ ਸੀ ਗ੍ਰਾਂਟ ਸਾਡੀ, ਕਿੰਨੀ ਕੁ ਹਲੇ ਲੋੜ ਹੈਗੀ ਹੈ ਪਿੰਡ ਨੂੰ?
41 ਗੱਡੀ ਹੈ ਉਹ ਕਿਰਪਾ ਕਰਕੇ ਜੇ ਸਾਈਡ ਤੇ ਕਰ ਲੈਣ ਉਹਦੇ ਨਾਲ ਇੱਕ ਗੱਡੀ ਖੜੀ ਹੈ ਕਿਸੇ ਦੀ ਉਹਨੂੰ ਤੇਰੇ ਨੂੰ ਜ਼ਰੂਰੀ ਹੈ ਐਮਰਜੈਂਸੀ ਕਿਤੇ ਮੈਂ ਤਾਂ ਮਕਸਦ ਗਰੰਟਾਂ ਲੈ ਕੇ ਜਾਣੀ ਹੈ ਜੀ ਫਿਰ ਗੱਲ ਬਹੁਤ ਸਮੁੱਚੀ ਕਾਂਗਰਸ ਪਾਰਟੀ ਸਟੇਜ ਤੇ ਬਰਾਦਰਾਂ ਨੇ ਸਾਰੀ ਲੀਡਰਸ਼ਿਪ ਪੰਚ ਸਰਪੰਚ ਔਰ ਇਲਾਕੇ ਤੋਂ ਆਏ ਹੋਏ ਸਾਰੇ ਵਰਕਰ ਸਾਹਿਬਾਨ ਸਾਰਿਆਂ ਨੂੰ ਵੰਦਿਆ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਮਹਾਰਾਣੀ ਪਰਵੀਨ ਕੌਰ ਜੀ ਦਾ ਧੰਨਵਾਦੀਆਂ ਆ ਲੈਟ ਬੜੀ ਪਰਲੇ ਵਸੂ ਕਰਦੇ ਲੈਟ ਸਹੀ ਵਾਲੇ ਕੋਈ ਤੋਂ ਪਹਿਲਾਂ ਘੁਮਾ ਵਾਲੇ ਪਿੱਛੇ ਲੈਟ ਚੀ ਦੇ ਬੇਟੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਚੌਲੀ ਗਗਨਦੀਪ ਚੌਲੀ ਜੀ ਔਰ ਬਹੁਤ ਹੀ ਖੁਸ਼ੀ ਦੇ ਨਾਲ ਮੈਂ ਕਹਿ ਸਕਦੀ ਹਾਂ ਕਿ ਸਾਡੇ ਬੱਚੇ ਔਰ ਜ਼ਿਲ੍ਹਾ ਦਿਹਾਤੀ ਪਹਿਲਾ ਸਮਾਂ ਕਿ ਪੰਚਾਇਤਾਂ ਨੂੰ ਪਾਣੀ ਸਾਫ ਉਹਨਾਂ ਨੂੰ ਆਪਣੇ